ਜਸ਼ਗੰਜ ਮਹਾਰਾਜਾ ਰਣਜੀਤ ਸਿੰਘ ਨੇ ਇੱਥੇ ਹਜ਼ੂਰ ਸਾਹਿਬ ਸਥਾਨ ਬਣਾਉਣ ਦੀ ਆਗਿਆ ਨਹੀਂ ਸੀ। ਮਹਾਰਾਜ ਦਾ ਹੁਕਮ ਸੀ, ਤਿੰਨ ਵਾਰੀ ਬਚਨ ਹੋਏ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਭਾਈ ਸੰਤੋਖ ਸਿੰਘ ਦਾ ਉੱਥੇ ਪਹਿਰਾ ਲਾਇਆ ਸੀ। ਹੋਰ ਸਿੰਘਾਂ ਨੂੰ ਵੀ ਚੰਗੀ ਤਰ੍ਹਾਂ ਸੋਚ ਸਮਝ ਲਓ ਕਿ ਜਿੱਥੇ ਸਾਡਾ ਅੰਤਿਮ ਜੋਤੀ ਜੋਤ ਸਮਾਉਣ ਦਾ ਸਥਾਨ ਹੈ, ਇੱਥੇ ਕੋਈ ਜਗ੍ਹਾ ਨਹੀਂ ਬਣਾਉਣੀ। ਕਹਿੰਦੇ ਫਿਰ ਸੋਚ ਲਓ, ਫਿਰ ਤੀਸਰੀ ਵਾਰੀ ਕਿ ਜਿਹੜਾ ਜਗ੍ਹਾ ਬਣਾਓ ਉਸਦੀ ਸਭ ਬੰਸੀ ਖਤਮ ਹੋ ਜਾਏ। ਮਹਾਰਾਜ ਰਣਜੀਤ ਸਿੰਘ ਨੂੰ ਪਤਾ ਲੱਗਿਆ ਵੀ ਉਹ ਜਿਸ ਗੁਰੂ ਨੇ ਸਾਡੇ ਵਾਸਤੇ ਸਭ ਕੁਝ ਹੀ, ਮਾਤਾ ਪਿਤਾ ਵੀ ਔਰ ਆਪਣਾ ਪਰਿਵਾਰ ਵੀ ਵਾਰ ਦਿੱਤਾ, ਅਤੇ ਫਿਰ ਉਹਨਾਂ ਦੀ ਜਗ੍ਹਾ ਇਹ ਨਾ ਹੋਵੇ। ਕਹਿੰਦਾ ਚੱਲ ਰਹੇ ਰਾਜਪਾਲ ਤਾਂ ਇਸ ਨਹੀਂ ਆਉਂਦੇ, ਸਾਰਾ ਹੀ ਦੇਖ ਲਓ ਕਿ ਦੇ ਰਿਹਾ। ਇਸ ਤਰ੍ਹਾਂ ਹੀ ਵੀ ਸਭ ਕੁਝ ਹੀ ਕੁਰਬਾਨ ਕਰਦੇ ਸਤਸੰਗਤ ਜੀ, ਜਿੱਥੇ ਉਹ ਸ਼ਕਤੀ ਸ਼ਾਸਤਰਾਂ ਦੇ ਵਿੱਚ ਸਤਸੰਗ ਦੀ ਵਿਆਪਕ ਹੋ ਰਹੀ ਹੈ, ਆਪ ਜੀ ਸਤਸੰਗ ਸ਼ਾਸਤਰਾਂ ਦਾ ਪੂਜਨ ਉਸੇ ਢੰਗ ਦੇ ਨਾਲ ਕਰ ਰਹੇ ਹਨ। ਸੁਪ੍ਰੇਮੀਓ, ਜਿਹੜਾ ਕਿ ਸਾਡੇ ਘਰੋਂ ਅਲੋਪ ਹੁੰਦਾ ਜਾ ਰਿਹਾ ਹੈ। ਕੁਝ ਹਜ਼ੂਰ ਸਾਹਿਬ ਹੈ ਜਿੱਥੇ ਸਾਰੇ ਦੋਸ਼ ਲਾਉਂਦੇ ਨੇ, ਉੱਥੇ ਦਾ ਜੀ ਹਲੇ ਹਿੰਦੂ ਮਤ ਹੈ, ਉਹ ਕੱਢਣ ਵਾਲਾ ਹੈ। ਹਲੇ ਉਹ ਖਾਲਸਾ ਚੰਗਾ ਖੜਕਧਾਰੀ ਹੈ, ਖੜਕਾ ਦੜਕਾ ਰੱਖਦਾ, ਉਹ ਨਹੀਂ ਇਹਨਾਂ ਨੂੰ ਉੱਠਣ ਦਿੰਦਾ ਕਮੇਟੀਆਂ ਕੋਟੀਆਂ ਵਾਲਿਆਂ ਨੂੰ। ਉਹ ਉਸੇ ਤਰ੍ਹਾਂ ਮਰਿਆਦਾ ਲਈ ਬੈਠਾ।